ਠਹਿਰਾਂ ਝਾਟਾ ਆਪਣਾ, ਗਲ ਗਲ ਪਾਣੀ ਚੜਿਆ ਹੋਇਆ, ਬੂਹੇ ਤੇ ਹਾਥੀ ਪਏ ਝੂਲਦੇ ਨੇ, ਅਜੇ ਕਹਿੰਦੇ ਠਹਿਰ ਜਾ। ਮੈਂ ਆਨੀ ਆ ਖੌਰੇ, ਤੁਹਾਨੂੰ ਖਾਧਾ ਪੀਤਾ ਕੀਕਣ ਲੱਗਦਾ ਏ, ਮੇਰੇ ਤੇ ਅੱਖ ਸੜ ਜਾਏ ਜੇ ਰਾਤੀ ਪਲਕਾਂ ਵੀ ਜੁੜਦੀਆਂ ਹੋਣ। ਪਰ ਭਲੀਏ ਲੋਕੇ, ਹੁਣ ਡੁੱਬ ਤੇ ਨਹੀਂ ਨਾ ਮਰਨਾ, ਅਜੇ ਅਗਲਾ ਪੀਠਾ ਨਹੀਂ ਛਾਣਿਆ ਗਿਆ, ਬਰਾ ਨਹੀਂ ਹੋਇਆ ਵੱਡੀ ਵਿਆਹੀ ਨੂੰ ਰਾਸ ਪੂੰਜੀ ਸਾਰੀ ਲਾ ਬੈਠੇ ਹਾਂ, ਕਰਜ਼ੇ ਨਾਲ ਸਿਰ ਵੀ ਗੰਜਾ ਹੋਇਆ ਪਿਆ। ਇਹ ਚਾਰ ਕੰਧਾਂ ਹੀ ਬਾਕੀ ਨੇ ਨਾ, ਜਿੱਦਣ ਬਿੱਖ ਸੜ ਜਾਣਗੀਆਂ ਠੰਡੀ ਹੋ ਬਹੇਗੀ। ਪਾਰਵਤੀ ਅੱਗ ਭਬੂਕਾ ਹੋ ਕੇ ਬੋਲੀ, ਤੇ ਜੰਮਦੀਆਂ ਨੂੰ ਮੋਹਰਾ ਦੇ ਦੇਣਾ ਸੀ ਨਾ ਨਿਖਸਮੀਆਂ ਨੂੰ, ਕਿਉਂ ਪਾਲ ਪਾਲ ਕੇ ਐਡੀਆਂ ਲਾਉਂਠੀਆਂ ਕੀਤੀਆਂ ਜੇ। ਪੱਗ ਵਿੱਚੋਂ ਸਿਰ ਖੁਰਕਦਾ ਹੋਇਆ ਦੀਵਾਨ ਸਿੰਘ ਬੋਲਿਆ, ਚੰਗਾ ਫਿਰ ਮੈਨੂੰ ਹੀ ਵੇਚ ਆ ਕਿਧਰੇ, ਤੂੰ ਤੇ ਘਰ ਬੈਠੀ ਜੇ ਮੂੰਹ ਨਾਲ ਗੱਲਾਂ ਮਟਕਾ ਛੱਡਣੀ ਹੈ, ਸਿਆਪੇ ਤਾਂ ਮੇਰੀ ਜਾਣ ਜੋਗੇ ਹੋਏ ਨਾ, ਜੇ ਤੂੰ ਪਾਣੀ ਵੇਖ ਕੇ ਠਿਲਦੀ ਹੋ ਤਾਂ ਇਹ ਪੁਆੜੇ ਕਾਹਨੂੰ ਪੈਂਦੇ। ਰੋਕਦਿਆਂ ਰੋਕਦਿਆਂ ਵੀ 3000 ਭੰਗ ਦੇ ਪਹਾੜੇ ਉਡਾ ਦਿੱਤਾ, ਜੇ ਰਤਾ ਸਿਆਣਪ ਨਾਲ ਚੱਲਦੀ ਹੋ ਤਾਂ ਐਸੇ ਨਾਲ ਵਿਆਹ ਹੋ ਜਾਂਦੇ। ਆਹੋ ਜੀ, 3 ਛੱਡ ਭਾਵੇਂ 30 ਹੋ ਜਾਂਦੇ ਕੇ, ਤੇ ਇਹ ਜਿਹੜਾ ਗਿੱਠ ਸਾਰਾ ਨੱਕ ਲਈ ਫਿਰਦੇ ਹੋ, ਇਹਨੂੰ ਕਿੱਥੇ ਲੁਕਾਉਂਦੇ? ਕੁੜਮਚਾਰੀਆਂ ਰੱਖਣੀਆਂ ਕੋਈ ਮਖੌਲ ਤੇ ਨਹੀਂ? ਸ਼ਰਮ ਤੇ ਨਹੀਂ ਆਉਂਦੀ ਹੋਣੀ ਗੱਲ ਕਰਦਿਆਂ? ਤੂੰ ਤੇ ਅੱਡੀਆਂ ਚੁੱਕ ਕੇ ਸ਼ਤੀਰਾਂ ਨੂੰ ਜੱਫੇ ਪਾ ਲਏ, ਪਰ ਕੁੜੀ ਦੀ ਉਮਰ ਤੇ ਗਲ ਗਈ ਨਾ, ਡੋਲੀਓਂ ਨਿਕਲਦਿਆਂ ਹੀ ਵਿਚਾਰੀ ਸਹੁਰੇ ਘਰ ਦੀ ਗੋਲ ਬਣ ਗਈ। ਕਹਿੰਦੀ ਹੁੰਦੀ ਸੈਂ, ਮੇਰੀ ਧੀ ਜਾ ਕੇ ਰਾਜ ਕਰੇਗੀ। ਕਰਦੀ ਪਈ ਉਹ ਰਾਜ, ਹੱਥਾਂ ਦੀ ਮਹਿੰਦੀ ਅਜੇ ਲੱਥੀ ਨਹੀਂ ਤੇ ਛਾਲੇ ਅੱਗੋਂ ਹੀ ਪੈ ਗਏ ਸੂ। ਹਰ ਵੇਲੇ ਨਿਵਾਣੀ ਦੇ ਮੂੰਹ ਟੁੱਕਰ ਤੇ ਸਿਰ ਛਿੱਤਰ ਵਾਲਾ ਹਾਲ ਹੋਇਆ ਪਿਆ। ਚਾਰ ਵੇਰਾਂ ਦਲੀਜ਼ਾਂ ਤੇ ਸਿਰ ਰਗੜ ਆਇਆ, ਤੋਰਨ ਦਾ ਨਾਂ ਨਹੀਂ ਲੈਂਦੇ। ਸੱਸ ਨਨਾਣ ਅੱਠੇ ਪੈਰ ਭੁੱਖੇ ਘਰ ਦੀਏ ਤੇ ਕਮੀਨੇ ਘਰ ਦੀਏ ਆਖ ਆਖ ਕੇ ਗਰੀਬਣੀ ਦਾ ਕਲੇਜਾ ਲੂੰਦੀਆਂ ਰਹਿੰਦੀਆਂ ਨੇ। ਦੱਸ ਹੁਣ ਉਹ ਵਿਚਾਰੀ ਤੇਰੀ ਜਾਨ ਨੂੰ ਰੋਵੇ ਕਿ ਮੇਰੀ ਨੂੰ? ਸ਼ਰਮਿੰਦਗੀ ਭਰੇ ਹੱਠ ਨਾਲ ਪਾਰਵਤੀ ਨੇ ਕਿਹਾ, ਇਹ ਤਾਂ ਸੰਜੋਗਾਂ ਦੀ ਗੱਲ ਹੈ, ਕਿਸੇ ਦੇ ਵੱਸ ਥੋੜ੍ਹਾ ਹੈ। ਮਾਪੇ ਧੀਆਂ ਨੂੰ ਜਨਮ ਦਿੰਦੇ ਨੇ, ਕਰਮ ਨਹੀਂ ਦਿੰਦੇ। ਆਪਣੇ ਵੱਲੋਂ ਮੈਂ ਕਿਹੜੀ ਗੱਲੋਂ ਫਰਕ ਕੀਤਾ ਸੀ? ਉਸਦੀ ਆਪਣੀ ਪਰਾਲਵਤ ਜੂ। ਪਾਰਵਤੀ ਦੁਪੱਟੇ ਨਾਲ ਅੱਖਾਂ ਪੂੰਝਣ ਲੱਗ ਪਈ। ਦੀਵਾਨ ਸਿੰਘ ਬੋਲਿਆ, ਹੁਣ ਪਰਾਲਭੱਤ ਦਾ ਚੇਤਾ ਆ ਗਿਆ। ਕਹਿੰਦਾ ਨਹੀਂ ਸਾਂ ਵੀ ਸਾਨੀ ਸੇਤੀ ਕੀਜੀ ਹੈ ਨਾਤਾ ਵੈਰ ਪ੍ਰੀਤ, ਜਿਨ੍ਹਾਂ ਪਹਿਲਾਂ ਹੀ ਹਜ਼ਾਰਾਂ 'ਤੇ ਅੱਖ ਰੱਖ ਲਈ, ਉਹਨਾਂ ਕਦੇ ਨੂੰਹ ਧੀ ਨੂੰ ਸੁਖੀ ਵਸਣ ਦਿੱਤਾ? ਨਾ ਸਾਡੇ ਪਾਸੋਂ ਅਮੀਰਾਂ ਵਾਲੀ ਦਿੱਤ ਦਾਤ ਸਰੀ, ਅਤੇ ਨਾ ਉਹਨਾਂ ਸਾਡੀ ਧੀ ਦਾ ਆਦਰ ਕੀਤਾ। ਜਾ ਕੇ ਵੇਖੋ ਅਤੇ ਪਤਾ ਲੱਗੇ, ਭਾਂਡੇ ਮਾਂਜਣ ਵਾਲੀਆਂ ਨੌਕਰਾਣੀਆਂ ਜਿੰਨੀ ਵੀ ਪੁੱਛ ਨਹੀਂ ਕੁੜੀ ਦੀ, ਫਿਰ ਇੰਨੀ ਤੇਰੇ ਨਾਲ ਹੋ ਚੁੱਕੀ ਹੈ, ਅਜੇ ਵੀ ਤੈਨੂੰ ਅਮੀਰ ਕੁੜਮਾਂ ਦੇ ਹੀ ਸੁਪਨੇ ਆਉਣ ਡਏ ਨੇ। ਉਹ ਰੁੜ ਜਾਣੇ ਕਮਜ਼ਾਤ ਨਿਕਲੇ ਤੇ ਹੁਣ ਸਾਰੇ ਹੀ ਉਹੋ ਜਿਹੇ ਹੋ ਗਏ? ਪੰਜੇ ਉਂਗਲਾਂ ਤੇ ਇੱਕੋ ਜਿਹੀਆਂ ਨਹੀਂ ਹੁੰਦੀਆਂ? ਖਾਣ ਵੇਲੇ ਪੰਜੇ ਹੀ ਇੱਕੋ ਜਿਹੀਆਂ ਹੋ ਜਾਇਆ ਕਰਦੀਆਂ ਨੇ। ਚੰਗਾ, ਮੈਨੂੰ ਕੀ, ਮੈਂ ਝੱਖ ਮਾਰ ਬੈਠੀ ਹਾਂ, ਹੁਣ ਤੁਸੀਂ ਸਾਂਭ ਲਓ, ਮੇਰੀ ਵੱਲੋਂ ਮਨੁੱਖ ਦੀ ਥਾਂ ਰੁੱਖ ਨਾਲ ਵਿਆਹ ਦੂਸੋ। ਅਖੀਰ ਸ਼ੀਲਾ ਲਈ ਪਾਰਵਤੀ ਨੇ ਮੁੰਡਾ ਲੱਭ ਕੇ ਸਾਹ ਲਿਆ, ਸ਼ਗਨ ਦਿੱਤਾ ਗਿਆ ਤੇ ਫਿਰ ਸ਼ੀਲਾ ਦਾ ਵਿਆਹ ਨੇੜੇ ਆ ਟੁੱਕਾ। ਉਹਨੂੰ 7ਵੀਂ ਜਮਾਤ ਵਿੱਚੋਂ ਹੀ ਉਠਾ ਲਿਆ। ਪਾਰਵਤੀ ਨੇ ਮੁੰਡਾ ਲੱਭਣ ਵਿੱਚ ਕਮਾਲ ਦੀ ਹਿੰਮਤ ਵਿਖਾਈ, ਮੁੰਡਾ ਇੱਕ ਹੋਰ ਥਾਂ ਮੰਗਿਆ ਹੋਇਆ ਸੀ, ਪਰ ਪਾਰਵਤੀ ਨੇ ਕੁੜਮਾਂ ਦੀਆਂ ਵੱਧ ਚੜ੍ਹ ਕੇ ਇੰਨਾ ਕਬੂਲ ਕੀਤੀਆਂ। ਮੁੰਡੇ ਦੀ ਪਹਿਲੀ ਕੁੜਮਾਈ ਛੁਡਾ ਕੇ ਉਸਨੇ ਉਸਦੀ ਸ਼ੀਲਾ ਨਾਲ ਮੰਗਣੀ ਕਰ ਦਿੱਤੀ। ਉਹ ਜਦ ਭਵਿੱਖ ਨੂੰ ਅੱਖਾਂ ਅੱਗੇ ਲਿਆ ਕੇ ਸ਼ੀਲਾ ਨੂੰ ਅਮੀਰ ਬੋਟੀ ਦੇ ਰੂਪ ਵਿੱਚ ਵੇਖਦੀ ਤਾਂ ਖੁਸ਼ੀ ਨਾਲ ਉਹਦਾ ਪੈਰ ਭੋਏ 'ਤੇ ਨਹੀਂ ਸੀ ਲੱਗਦਾ। ਇਹੋ ਜਿਹੇ ਸੁੱਖਾਂ ਲੱਦੇ ਜਵਾਈ ਨੂੰ ਉਹ ਕਿਸੇ ਵੀ ਮੁੱਲ ਤੋਂ ਛੱਡਣ ਲਈ ਤਿਆਰ ਨਹੀਂ ਸੀ। ਦੀਵਾਨ ਸਿੰਘ ਪਿਛਲੇ ਤਜਰਬੇ ਨੂੰ ਦੁਹਰਾਉਂਦਾ ਹੋਇਆ ਬਥੇਰਾ ਖਪਿਆ ਖਿਜਿਆ, ਪਰ ਪਾਰਵਤੀ ਦੀ ਇੱਕੋ ਗੱਲ ਉਸਦੀਆਂ ਸਾਰੀਆਂ ਦਲੀਲਾਂ ਨੂੰ ਕੱਟ ਜਾਂਦੀ ਸੀ। ਉਹ ਕਹਿੰਦੀ, ਅਮੀਰ ਜਵਾਈ ਨੂੰ ਘਰ ਹੀ ਰੱਖ ਲਾਂਗੇ, ਦਿਨਾਂ ਵਿੱਚ ਲਹਿਰ ਵਹਿਰ ਹੋ ਜਾਏਗੀ। ਇਹ ਦਲੀਲ ਦੀਵਾਨ ਸਿੰਘ ਨੂੰ ਕਿੰਨੀ ਕੁ ਜੱਚਦੀ ਸੀ ਇਸ ਦਾ ਪਤਾ ਨਹੀਂ, ਪਰ ਉਸ ਨੂੰ ਪਾਰਵਤੀ ਅੱਗੇ ਹਾਰਨਾ ਜ਼ਰੂਰ ਪਿਆ। ਸ਼ੀਲਾ ਦਾ ਵਿਆਹ ਧੂਮਧਾਮ ਨਾਲ ਹੋਇਆ।
ਵਿਚਲੀ ਗੱਲ ਪਾਰਵਤੀ ਨੇ ਉਦੋਂ ਖੋਲ੍ਹੀ ਜਦ ਸ਼ੀਲਾ ਮਾਈਏ ਪੈ ਚੁੱਕੀ ਸੀ। ਇਸ ਨੂੰ ਸੁਣ ਕੇ ਦੀਵਾਨ ਸਿੰਘ ਦਾ ਰੰਗ ਬੱਗਾ ਪੂਣੀ ਹੋ ਗਿਆ। ਪਰ ਹੁਣ ਫਾਥੀ ਦਾ ਫੜਕਣ ਕੀ ਸੀ? ਛਾਤੀ 'ਤੇ ਪੱਥਰ ਰੱਖ ਕੇ ਦੀਵਾਨ ਸਿੰਘ ਨੇ ਇਸ ਗਲ ਪਏ ਢੋਲ ਨੂੰ ਵਜਾਇਆ। ਹੋਰ ਤਾਂ ਸਾਰਾ ਕੰਮ ਕਿਸੇ ਨਾ ਕਿਸੇ ਤਰ੍ਹਾਂ ਹੋ ਗਿਆ। ਦਾਜ ਬਣਾਉਣ ਵਿੱਚ ਵੀ ਕੋਈ ਬਹੁਤਾ ਉਚੇਚ ਕਰਨ ਦੀ ਲੋੜ ਨਾ ਪਈ, ਕਿਉਂਕਿ ਆਪਣੀ ਹੱਟੀ ਬਜ਼ਾਜੀ ਦੀ ਸੀ। ਪਰ ਵਿਦਾਇਗੀ ਵਾਲਾ ਕੰਮ ਬੜਾ ਔਖਾ ਜਾਪਦਾ ਸੀ। ਰਕਮ ਵੀ ਥੋੜ੍ਹੀ ਨਹੀਂ ਸੀ, ਪੂਰੇ 2000। ਇੱਧਰ ਘਰ ਵਿੱਚ ਵਿਆਹ ਦੀ ਗਹਿਮਾ ਗਹਿਮੀ ਸੀ ਅਤੇ ਉੱਧਰ ਦੀਵਾਨ ਸਿੰਘ ਬਸੀਕਾ ਦੀ ਹੱਟੀ ਬੈਠਾ ਰਹਿਣ ਨਾਮੇ ਦਾ ਕਾਗਜ਼ ਲਿਖ ਰਿਹਾ ਸੀ। ਵਿਆਹ ਹੋ ਗਿਆ। ਹਰ ਪਾਸੇ ਲੋਕ ਇਹੋ ਕਹਿੰਦੇ ਸੁਣਾਈ ਦਿੰਦੇ ਸਨ, ਬਈ ਬੱਲੇ ਬੱਲੇ ਬੱਲੇ, ਵਿਆਹ ਹੋਵੇ ਤਾਂ ਇਹੋ ਜਿਹਾ। ਪਾਰਵਤੀ ਜਿੱਧਰੋਂ ਲੰਘਦੀ ਗਲੀ ਮੁਹੱਲੇ ਦੀਆਂ ਤੀਵੀਆਂ ਹੱਥਲਾ ਕੰਮ ਛੱਡ ਕੇ ਉਸ ਕੋਲ ਆਖ ਲਾਉਂਦੀਆਂ ਅਤੇ ਉਸ ਦੀ ਵਡਿਆਈ ਦੇ ਪੁੱਲ ਬੰਨਣ ਲੱਗ ਪੈਂਦੀਆਂ। ਪਾਰਵਤੀ ਨੂੰ ਇਸ ਵਿੱਚੋਂ ਕੋਈ ਅਨੋਖਾ ਹੀ ਸਵਾਦ ਆਉਂਦਾ ਸੀ। ਜਿੱਥੇ 2-4 ਔਰਤਾਂ ਦੀ ਢਾਣੀ ਹੋਵੇ, ਉਹ ਜਾਣ ਕੇ ਕਿਸੇ ਨਾ ਕਿਸੇ ਬਹਾਨੇ ਉਹਨਾਂ ਵਿੱਚ ਜਾ ਖਲੋਂਦੀ ਅਤੇ ਆਪਣੀਆਂ ਸਿਫਤਾਂ ਸੁਣ ਸੁਣ ਕੇ ਖੀਵੀ ਹੁੰਦੀ। ਵਿਆਹ ਤੋਂ ਵਿਹਲਿਆਂ ਹੋ ਕੇ ਦੀਵਾਨ ਸਿੰਘ ਨੇ ਹੱਟੀ ਦੀ ਸੁਰਤ ਲਈ। ਦੁਕਾਨ ਦਾ ਅੱਧਾ ਕੁ ਮਾਲ ਚੰਗਾ ਚੰਗਾ ਵਿਆਹ ਵਿੱਚ ਖਰਚ ਹੋ ਚੁੱਕਾ ਸੀ। ਉਸਨੇ ਖਾਨਿਆਂ ਵੱਲ ਤੱਕਿਆ ਤਾਂ ਉੱਥੇ ਚਾਨਣਾ ਹੀ ਚਾਨਣਾ ਸੀ। ਉਸਨੇ ਚੋਂ-ਚੋਂ 50-50 ਖਾਨਿਆਂ ਦੇ ਥਾਣ ਕੱਢ ਕੇ ਇੱਕ-ਇੱਕ ਵਿੱਚ ਭਰ ਛੱਡੇ ਅਤੇ ਸੱਖਣਿਆਂ ਅੱਗੇ ਕੱਪੜੇ ਤਾਂ ਦਿੱਤੇ। ਗਾਹਕ ਉਸ ਪਾਸੋਂ ਹੋਰ ਚੀਜ਼ ਮੰਗਦਾ ਸੀ ਅਤੇ ਉਹ ਹੋਰ ਵਿਖਾਉਂਦਾ ਸੀ। ਚਾਬੀ ਦਾ ਲੱਠਾ, ਮਲਮਲਾਂ, ਬੋਸਕੀਆਂ ਅਤੇ ਹੋਰ ਮੋਟੀਆਂ ਮੋਟੀਆਂ ਚੀਜ਼ਾਂ ਆਉਣ ਵਾਲੇ ਨੇ ਜਾਂ ਪੇਟੀਆਂ ਖੋਲ੍ਹਣ ਵਾਲੀਆਂ ਨੇ ਕਹਿ ਕੇ ਗਾਹਕਾਂ ਨੂੰ ਟਾਲ ਛੱਡਣਾ। ਇਹ ਠੱਗੀ ਬੱਗੀ ਕਿੰਨਾ ਕੁ ਚਿਰ ਚੱਲਦੀ? ਉਸ ਨੂੰ ਤਬਲੇ ਮੂਧੇ ਹੁੰਦੇ ਜਾਪੇ। ਸਾਰਾ ਸਾਰਾ ਦਿਨ ਬੈਠਣ 'ਤੇ ਵੀ ਕੋਈ ਵਿਕਰੀ ਨਹੀਂ ਸੀ ਹੁੰਦੀ। ਗਾਹਕ ਆਉਂਦੇ ਸਨ ਪਰ ਖਾਲੀ ਹੀ ਮੁੜ ਜਾਂਦੇ ਸਨ। ਇੱਕ ਦਿਨ ਰਾਤੀਂ ਸੁੱਤਿਆਂ ਸੁੱਤਿਆਂ ਉਹ ਜ਼ਬਾਨੀ ਜਮ੍ਹਾਂ ਖਰਚ ਗਿਣਨ ਲੱਗਾ। ਉਸਨੇ ਅਨੁਮਾਨ ਲਾਇਆ ਤਾਂ ਪਤਾ ਲੱਗਾ ਕਿ ਸਾਰਾ ਪਾ ਲਾ ਕੇ ਉਹ ਇਸ ਸਮੇਂ 5,000 ਦਾ ਕਰਜ਼ਾਈ ਹੈ। ਹੱਟੀ ਵਿੱਚ ਮਾਲ ਤਾਂ ਮਸੀਂ 500-600 ਦਾ ਹੀ ਉਸਨੂੰ ਦਿਸਿਆ। ਉਸਦਾ ਮੱਥਾ ਠਣਕਿਆ। ਪਹਿਲੀ ਤਰੀਕ ਨੂੰ 500 ਦੀ ਹੁੰਡੀ ਭੁਗਤਾਣੀ ਹੈ, ਮਕਾਨ ਦਾ 6 ਮਹੀਨਿਆਂ ਦਾ ਵਿਆਜ, ਹੱਟੀ ਦਾ ਬਰੇ ਦਾ ਕਿਰਾਇਆ, ਬੈਂਕ ਵਾਲਿਆਂ ਦਾ ਨੋਟਿਸ ਅਤੇ ਹੋਰ ਕਈ ਅੱਜ ਭਲਕਦੇ ਇਕਰਾਰ ਵਾਲੀਆਂ ਰਕਮਾਂ। ਇਹਨਾਂ ਸਾਰੀਆਂ ਗੱਲਾਂ ਨੂੰ ਉਹ ਜਿਉਂ ਜਿਉਂ ਦੁਹਰਾਉਂਦਾ ਸੀ, ਉਸਦੀ ਘਬਰਾਹਟ ਵੱਧਦੀ ਜਾਂਦੀ ਸੀ। ਦੀਵਾਨ ਸਿੰਘ ਦਾ ਕੰਮ ਹਿੱਲ ਗਿਆ। ਸਾਰੇ ਸ਼ਹਿਰ ਵਿੱਚ ਇਸ ਗੱਲ ਦੀ ਚਰਚਾ ਛਿੜ ਗਈ। ਧਾੜਾਂ ਦੀਆਂ ਧਾੜਾਂ ਲੈਣੇਦਾਰ ਉਸ ਦੀ ਹੱਟੀ ਅੱਗੇ ਧਰਨਾ ਮਾਰ ਕੇ ਆ ਬੈਠੇ, ਪਰ ਉਸ ਦੇ ਅੰਦਰ ਤਾਂ ਫੁੱਟੀ ਕੋਡੀ ਵੀ ਨਹੀਂ ਸੀ। ਨੌਬਤ ਦਿਵਾਲੇ ਤੱਕ ਆ ਪਹੁੰਚੀ, ਪਰ ਲੈਣੇਦਾਰ ਨੇ ਇਸ ਵਿੱਚ ਸੰਤੋਖ ਨਾ ਕੀਤਾ। ਉਹਨਾਂ ਨੇ ਅਦਾਲਤ ਨੂੰ ਦੀਵਾਨ ਸਿੰਘ ਦੀ ਬਦਨੀਤੀ ਦਾ ਸਬੂਤ ਦਿਵਾਇਆ। ਅੰਤ ਖਰਚਾ ਰੱਖ ਕੇ ਉਸ ਨੂੰ ਅੰਦਰ ਕਰਾ ਦਿੱਤਾ ਗਿਆ। ਪਾਰਵਤੀ ਢਿੱਡ ਵਿੱਚ ਮੁੱਕੀਆਂ ਮਾਰਦੀ ਫਿਰਦੀ ਸੀ। ਉਸਨੇ ਸ਼ੀਲਾ ਦੇ ਸਹੁਰਿਆਂ ਤੋਂ ਕੁਝ ਰੁਪਏ ਮੰਗੇ। ਉਹਨਾਂ ਦਾ ਉੱਤਰ ਆਇਆ, ਰੁਪਈਏ ਤਾਂ ਇਸ ਵੇਲੇ ਤਿਆਰ ਨਹੀਂ, ਕਣਕ ਬਥੇਰੀ ਪਈ ਹੈ। ਜੇ ਬਹੁਤ ਲੋੜ ਹੈ ਤਾਂ ਲਿਖੋ, ਜੋ ਵੇਚ ਕੇ ਰੁਪਈਏ ਭੇਜੇ ਜਾ ਸਕਣ। ਇੱਧਰੋਂ ਉੱਤਰ ਗਿਆ, ਜਿਸ ਤਰ੍ਹਾਂ ਵੀ ਹੋ ਸਕੇ ਮਦਦ ਕਰੋ। ਉਹਨਾਂ ਨੇ ਗਲੋਂ ਲਾਉਣ ਲਈ ਠੁੱਲ ਮਾਰਿਆ ਸੀ, ਪਰ ਇਹ ਵੇਖ ਕੇ ਇੱਥੇ ਤਾਂ ਡੂਮਾਂ ਨੂੰ ਸੁਲ੍ਹਾ ਮਾਰਨ ਵਾਲੀ ਗੱਲ ਹੈ, ਉਹਨਾਂ ਨੇ ਕੰਨਾਂ ਘੇਸਲ ਮਾਰ ਗਏ। ਜਿੱਥੇ ਜਿੱਥੇ ਸਾਂਝ ਵਰਤੋਂ ਸੀ, ਪਾਰਵਤੀ ਸਾਰਿਆਂ ਕੋਲ ਫਿਰੀ, ਹਾੜੇ ਕੱਢੇ, ਨੱਕ ਰਗੜੇ, ਪਰ ਇਹਨਾਂ ਤਿਲਾਂ ਵਿੱਚ ਤੇਲ ਕਿੱਥੇ ਸੀ? ਕਈਆਂ ਪਾਸੋਂ ਤਾਂ ਮੂੰਹ ਪਾੜਵਾ ਉੱਤਰ ਮਿਲਦਾ, ਬੀਬੀ ਰਾਣੀ ਚੱਦਰ ਵੇਖ ਕੇ ਪੈਰ ਪਸਾਰਨੇ ਸੀ, ਔਖੇ ਵੇਲੇ ਕੌਣ ਕਿਸੇ ਦਾ ਬਣਦਾ, ਹੁਣ ਜਿਹੜੀ ਰੱਬ ਵੱਲੋਂ ਆਈ ਊ ਉਹ ਸਿਰ ਮੱਥੇ 'ਤੇ ਸਹਾਰ, ਇਸ ਤਰ੍ਹਾਂ ਘਰ ਘਰ ਫਿਰਿਆਂ ਅਤੇ ਰੋਇਆਂ ਧੋਇਆਂ ਕੀ ਬਣਦਾ ਏ? ਇਹ ਗੱਲਾਂ ਪਾਰਵਤੀ ਉਹਨਾਂ ਲੋਕਾਂ ਦੇ ਮੂੰਹੋਂ ਹੀ ਸੁਣ ਰਹੀ ਸੀ ਜਿਹੜੇ ਅਜੇ ਕੱਲ੍ਹ ਹੀ ਸ਼ੀਲਾ ਦੇ ਵਿਆਹ ਵੇਲੇ ਦੂਰੀਆਂ ਅਤੇ ਚੌਰੀਆਂ ਭਾਜੀਆਂ ਲੈਂਦਿਆਂ ਹੋਇਆਂ ਉਸਦੀਆਂ ਵਾਰਾਂ ਗਾਉਂਦੇ ਨਹੀਂ ਸਨ ਥੱਕਦੇ। ਸੰਧਿਆ ਦਾ ਹਨੇਰਾ ਵੱਧ ਰਿਹਾ ਸੀ। ਪਾਰਵਤੀ ਸਭਨਾ ਪਾਸਿਆਂ ਤੋਂ ਨਿਰਾਸ਼ ਹੋ ਕੇ ਘਰ ਆ ਢੱਠੀ। ਸ਼ੀਲਾ ਵੀ ਰੋ ਰਹੀ ਸੀ। ਅੱਜ ਦੀਵਾ ਬਾਲਣ ਦਾ ਕਿਸੇ ਨੂੰ ਚੇਤਾ ਨਹੀਂ ਸੀ।
ਅੱਗੇ ਤਾਂ ਆਂਡੋ ਗੁਆਂਢੋਂ ਹੀ ਦੋ ਚਾਰ ਤੀਵੀਆਂ ਆ ਕੇ ਜ਼ਬਾਨੀ ਹਮਦਰਦੀ ਕਰ ਜਾਂਦੀਆਂ ਸਨ, ਪਰ ਹੁਣ ਇਸ ਰਾਹੋਂ ਜੇ ਕਿਸੇ ਲੰਘਣਾ ਵੀ ਹੁੰਦਾ ਤਾਂ ਬਲਾ ਮਾਰ ਕੇ ਦੂਜੇ ਰਾਹੋਂ ਲੰਘ ਜਾਂਦੀਆਂ ਸਨ। ਹਰ ਕਿਸੇ ਨੂੰ ਡਰ ਸੀ ਕੁਝ ਮੰਗ ਨਾ ਪਏ। ਅਚਾਨਕ ਹੀ ਹਨੇਰੇ ਘੁੱਪ ਵਿੱਚ ਭਾਬੀ ਜੀ ਪੈਰੀ ਪਏ ਦੀ ਆਵਾਜ਼ ਗੂੰਜ ਉੱਠੀ। ਸ਼ੀਲਾ ਛੇਤੀ ਨਾਲ ਉੱਠ ਕੇ ਅੰਦਰ ਚਲੀ ਗਈ। ਜਾ ਕੇ ਉਹਨੇ ਲੈਂਪ ਜਗਾਈ। ਜਵਾਈ ਦੀ ਪਿੱਠ 'ਤੇ ਪਿਆਰ ਦਿੰਦੀ ਹੋਈ ਪਾਰਵਤੀ ਬੋਲੀ, ਜਿਉਂਦਾ ਰਹੋ ਵੱਡੀਆਂ ਉਮਰਾਂ। ਉਸਦੇ ਢਹਿੰਦੇ ਦਿਲ ਨੂੰ ਢਾਰਸ ਜਿਹੀ ਮਿਲ ਗਈ। ਅਜਿਹੇ ਔਖੇ ਵੇਲੇ ਜਦ ਹਰ ਕੋਈ ਉਸਦੇ ਪਰਛਾਵੇਂ ਤੋਂ ਡਰਦਾ ਸੀ, ਜਵਾਈ ਦਾ ਆ ਜਾਣਾ ਪਾਰਵਤੀ ਲਈ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਕੋਈ ਡੁੱਬ ਰਹੇ ਆਦਮੀ ਦਾ ਹੱਥ ਫੜ ਲਵੇ। ਉਹਦੀ ਚਿੰਤਾ ਦੂਰ ਹੋ ਗਈ। ਸੁੱਖ ਸਾਂਦ ਪੁੱਛਣ ਤੋਂ ਪਿੱਛੋਂ ਉਹ ਬੋਲੀ, ਮੈਂ ਤੇ ਕਈਆਂ ਦਿਨਾਂ ਤੋਂ ਰਾਹ ਪਈ ਵੇਖਦੀ ਸਾਂ। ਇਹੋ ਖਿਆਲ ਸੀ ਕਿ ਹੁਣ ਵੀ ਆਇਆ, ਖੱਤ ਦਾ ਜਵਾਬ ਕੋਈ ਨਾ ਦਿੱਤਾ। ਮੈਂ ਆਖਾਂ ਸੁੱਖ ਸਾਂਦ ਹੋਵੇ ਸਹੀ। ਸ਼ਾਮ ਸਿੰਘ ਬੋਲਿਆ, ਮੈਂ ਤੇ ਕਿੰਨੇ ਚਿਰ ਤੋਂ ਆਉਣ ਆਉਣ ਕਰਦਾ ਸਾਂ, ਪਰ ਕੰਮ ਧੰਦੇ ਦੀ ਵਜ੍ਹਾ ਕਰਕੇ ਵਕਤ ਨਾ ਮਿਲ ਸਕਿਆ। ਗੱਲ ਕੀ ਸੀ ਭਈਏ ਹੁਰਾਂ? ਗੱਲ ਕੀ ਹੋਣੀ ਸੀ ਕਾਕਾ ਜੀ? ਕਰਮਾਂ ਨੇ ਜੋ ਹਾਰ ਦੇ ਦਿੱਤੀ। ਅੱਜ ਚੌਥਾ ਦਿਨ ਹੈ, ਨਾ ਚੁੱਲ੍ਹੇ ਅੱਗ ਨਾ ਘੜੇ ਪਾਣੀ। ਦਿਨ ਰਾਤ ਰੋਂਦਿਆਂ ਕੁਰਲਾਉਂਦਿਆਂ ਬੀਤ ਜਾਂਦਾ ਹੈ। ਕੁੜੀ ਵਿਚਾਰੀ ਨੇ ਜਿਸ ਵੇਲੇ ਦਾ ਸੁਣਿਆ ਹੈ, ਰੋ ਰੋ ਕੇ ਦੀਦੇ ਗਾ ਲਏ ਸੂ। ਕੀ ਦੱਸਾਂ ਆਪਣੇ ਕਰਮ ਜੋ ਮਾੜੇ ਹੋਏ। ਪਰ ਗੱਲ ਕੀ ਸੀ? ਗੱਲਾਂ ਹੁਣ ਸੁਣੇਗਾ ਹੀ ਨਾ, ਆਇਆ ਜੂ ਹੈ। ਹੁਣ ਤੇ ਕਾਕਾ ਤੁਹਾਡਾ ਤੇ ਰੱਬ ਦਾ ਹੀ ਆਸਰਾ ਏ, ਇਸੇ ਲਈ ਧੀਆਂ ਦੇ ਕੇ ਪੁੱਤਰ ਸਹੇੜੀ ਦੇ ਨੇ। ਸਾਬਾਸ਼ੇ, ਫਿਰ ਵੀ ਤੁਹਾਨੂੰ ਸੁਣਦਿਆਂ ਸਾਰ ਨੱਸਿਆ ਆਇਆ ਏ। ਇਸੇ ਕਰਕੇ ਆਉਂਦੇ ਨੇ ਨਾ ਭਈ ਆਪਣਾ ਕੋਈ ਹੋਵੇ ਸਹੀ। ਸਾਨੂੰ ਤਾਂ ਕਾਕਾ ਉਧਾਰਾਂ ਨੇ ਡੋਬ ਦਿੱਤਾ ਏ। ਹਜ਼ਾਰਾਂ ਰੁਪਈਏ ਲੋਕਾਂ ਤੋਂ ਲੈਣੇ ਸੀ, ਕੋਈ ਦੇਣ ਦਾ ਨਾਂ ਨਹੀਂ ਲੈਂਦਾ, ਤੇ ਜਿਨ੍ਹਾਂ ਦੇ ਦੇਣੇ ਨੇ ਉਹ ਤਲਵਾਰਾਂ ਕੱਸੀ ਫਿਰਦੇ ਨੇ। ਮੈਂ ਆਨੀ ਹਾਂ ਤੇਰਾ ਭਾਈਆ ਕਿਸੇ ਤਰ੍ਹਾਂ ਇੱਕ ਵਾਰੀ ਬਾਹਰ ਆ ਜਾਂਦਾ। ਠੀਕ ਹੈ, ਪਰ ਰੁਪਈਆ ਦਿੱਤੇ ਬਗੈਰ ਤਾਂ ਬਾਹਰ ਆਉਣਾ ਮੁਸ਼ਕਲ ਹੈ। ਫਿਰ ਦੱਸ ਹੁਣ ਕੀ ਬਣੇ? ਕੋਈ ਫਿਕਰ ਨਹੀਂ, ਕਿੰਨੇ ਕੁ ਨਾਲ ਕੰਮ ਹੋ ਜਾਏਗਾ? ਪਾਰਵਤੀ ਦੀ ਛਾਤੀ ਦਾ ਬੋਝ ਹੌਲਾ ਹੋ ਗਿਆ। ਉਹਨੇ ਸੁਖਾਲਾ ਸਾਹ ਲਿਆ, ਫਿਰ ਬੋਲੀ, 3,000 ਨਾਲ ਕੰਮ ਸਰ ਜਾਏਗਾ। ਫਿਰ ਕੋਈ ਗੱਲ ਨਹੀਂ, ਕੁਝ ਰੁਪਈਆ ਮੈਂ ਲਿਆਇਆ ਵਾਂ, ਬਾਕੀ ਇਹ ਸ਼ੀਲਾ ਦੇ ਗਹਿਣੇ ਵੇਚ ਕੇ ਪੂਰੇ ਕਰ ਲਾਂਗੇ। ਤੁਹਾਡਾ ਗਹਿਣਾ? ਹਾਂ ਹਾਂ, ਕੋਈ ਗੱਲ ਨਹੀਂ, ਇਸ ਗੱਲ ਦਾ ਫਿਕਰ ਨਾ ਕਰੋ, ਫਿਰ ਬਣ ਜਾਏਗਾ। ਖੁਸ਼ੀ, ਸ਼ਰਮ ਅਤੇ ਜਵਾਈ ਦੇ ਅਹਿਸਾਨ ਦੇ ਬੋਝ ਨਾਲ ਪਾਰਵਤੀ ਦਾ ਸਿਰ ਨਿਵ ਗਿਆ। ਦੂਜੇ ਦਿਨ ਸ਼ੀਲਾ ਦਾ ਸਾਰਾ ਗਹਿਣਾ ਲੈ ਕੇ ਸ਼ਾਮ ਸਿੰਘ ਬਾਜ਼ਾਰ ਚਲਾ ਗਿਆ। ਉਹ ਰੋਟੀ ਵੇਲੇ ਤੱਕ ਨਾ ਮੁੜਿਆ। ਪਾਰਵਤੀ ਨੇ ਖਿਆਲ ਕੀਤਾ ਸ਼ਾਇਦ ਉਧਰੋਂ ਹੀ ਕਚਹਿਰੀ ਚਲਾ ਗਿਆ ਹੋਵੇਗਾ। ਉਸਦਾ ਬਾਲ ਬਾਲ ਜਵਾਈ ਨੂੰ ਅਸੀਸਾਂ ਦੇ ਰਿਹਾ ਸੀ। ਰਾਤ ਪੈ ਗਈ। ਪਾਰਵਤੀ ਇਸ ਉਡੀਕ ਵਿੱਚ ਸੀ ਕਿ ਹੁਣੇ ਸਹੁਰਾ ਜਵਾਈ ਆਏ, ਪਰ ਦੋਹਾਂ ਵਿੱਚੋਂ ਕੋਈ ਵੀ ਨਾ ਆਇਆ। ਪਾਰਵਤੀ ਦੇ ਦਿਲ ਨੂੰ ਹੌਲ ਪੈਣ ਲੱਗਾ। ਅੰਤ ਉਸਦਾ ਦਿਲ ਬੋਲ ਉੱਠਿਆ, ਸ਼ਾਮ ਸਿੰਘ ਉਸਦੀ ਸਹਾਇਤਾ ਕਰਨ ਨਹੀਂ ਗਹਿਣਾ ਲੈਣ ਆਇਆ ਸੀ। ਸਾਰੇ ਸ਼ਹਿਰ ਵਿੱਚ ਰੌਲਾ ਮੱਚ ਗਿਆ। ਲੋਕ ਬਾਹੋ ਦਾਹੀ ਸ਼ਹਿਰੋਂ ਬਾਹਰ ਨੱਸੇ ਜਾ ਰਹੇ ਸਨ। ਰੇਲ ਦੀ ਪਟੜੀ ਉੱਤੇ ਇੱਕ ਲਾਸ਼ ਦੇ ਦੁਆਲੇ ਚੋਖੀ ਭੀੜ ਇਕੱਠੀ ਹੋਈ ਪਈ ਸੀ। ਇੱਕ ਬੁੱਢੀ ਅਤੇ ਇੱਕ ਮੁਟਿਆਰ ਉੱਤੇ ਡਿੱਗ ਕੇ ਪਿੱਟਦੀਆਂ ਹੋਈਆਂ ਸਿਰ ਦੇ ਬਾਲ ਖੋ ਰਹੀਆਂ ਸਨ। ਪੁਲਸੀਆਂ ਤੋਂ ਛੁੱਟ ਕਿਸੇ ਵੀ ਦੇਖਣ ਵਾਲੇ ਦੀਆਂ ਅੱਖਾਂ ਸੁੱਕੀਆਂ ਨਹੀਂ ਸਨ। ਪੁਲਿਸ ਲੋਥ ਦੀ ਪੜਚਾਲ ਕਰ ਰਹੀ ਸੀ। ਲੋਥ ਦੇ ਖੀਸੇ ਵਿੱਚੋਂ ਇੱਕ ਕਾਗਜ਼ ਦਾ ਪੁਰਜਾ ਨਿਕਲਿਆ, ਜਿਸ ਦਾ ਮਜ਼ਮੂਨ ਇਹ ਸੀ, ਬਦਨਸੀਬ ਪਾਰਵਤੀ, ਤੇਰੇ ਇਸ ਉੱਚੇ ਨੱਕ ਨੂੰ ਬਚਾਉਂਦਾ ਬਚਾਉਂਦਾ ਮੈਂ ਸਭ ਕੁਝ ਗੁਆ ਬੈਠਾ। ਸਰੀਰ ਬਾਕੀ ਸੀ ਪਰ ਇਹ ਵੀ ਨਹੀਂ ਰੱਖ ਸਕਿਆ। ਮੌਤ ਤੋਂ ਬਿਨਾਂ ਇਸ ਨੂੰ ਝੱਲਣ ਲਈ ਹੁਣ ਕੋਈ ਥਾਂ ਨਹੀਂ। ਦੀਵਾਨ ਸਿੰਘ।